ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਲਹਿਰਾ ਗਾਗਾ। ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ, ਹਰਸਿਮਰਤ ਕੌਰ ਬਾਦਲ ਪਾਕਿਸਤਾਨ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਾਕਿਸਤਾਨ ਗਏ, ਇਹਨਾਂ ਤੋਂ ਇਲਾਵਾ ਹੋਰ ਵੀ ਕੇਂਦਰ ਸਰਕਾਰ ਦੇ ਕਾਫੀ ਜਿਹੜੇ ਮੰਤਰੀ ਸਨ ਉਹਨਾਂ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਇਸ ਖੁਸ਼ੀ ਦੇ ਮੌਕੇ 'ਤੇ ਜਦੋਂ ਕਿ ਇਤਿਹਾਸਿਕ ਦਿਨ ਸੀਗਾ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਜਦਕਿ ਪਹਿਲਾਂ ਪੰਜਾਬ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਰੱਖਿਆ ਗਿਆ। ਲੇਕਿਨ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਫ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖਦੇ ਕਿ ਦੋਹਾਂ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਪਿਆਰ ਦੀ ਭਾਵਨਾ ਹੈ ਉਹ ਵਧੇ, ਲੋਕ ਇੱਕ ਦੂਜੇ ਨਾਲ ਮਿਲਣ ਵਰਤਣ, ਔਰ ਜਿਹੜੇ ਮਤਲਬ ਦੇਰ ਤੋਂ ਗੁਰੂ ਧਾਮ ਸਾਡੇ ਤੋਂ ਵਿਛੜੇ ਹੋਏ ਨੇ ਉਹਨਾਂ ਦੇ ਅਸੀਂ ਮਤਲਬ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ। ਲੇਕਿਨ ਇਨ ਬਿਟਵੀਨ ਓਵਰਆਲ ਜੇ ਗੱਲ ਕਰੀਏ ਤਾਂ ਇੱਕ ਚਾਵਲਾ ਨਾਮ ਨੂੰ ਲੈ ਕੇ ਵੀ ਕਾਫੀ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਸਿੱਧੂ ਸਾਹਿਬ ਦੇ ਨਾਲ ਫੋਟੋ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਫੋਟੋ ਆਏ ਨੇ, ਤਾਂ ਗਰੁੱਪ ਫੋਟੋ ਵਿੱਚ ਹਰਸਿਮਰਤ ਕੌਰ ਬਾਦਲ ਜੀ ਵੀ ਨਜ਼ਰ ਆ ਰਹੇ ਨੇ, ਨਵਜੋਤ ਸਿੰਘ ਸਿੱਧੂ ਵੀ ਨਜ਼ਰ ਆ ਰਹੇ ਨੇ, ਚਾਵਲਾ ਵੀ ਔਰ ਇਮਰਾਨ ਖਾਨ ਔਰ ਉਹਨਾਂ ਦੇ ਮਤਲਬ ਮੰਤਰੀ ਕੁਰੈਸ਼ੀ ਵੀ ਨਜ਼ਰ ਆ ਰਹੇ ਨੇ। ਲੇਕਿਨ ਇਹੋ ਜਿਹਾ ਕੀ ਹੋ ਗਿਆ ਕਿ ਸਿੱਧੂ ਸਾਹਿਬ ਨੇ ਇਹ ਗੱਲ ਕਹਿਤੀ ਕਿ ਮੈਂ ਚੀਮਾ ਅਤੇ ਚਾਵਲਾ ਨੂੰ ਨਹੀਂ ਜਾਣਦਾ, ਲੇਕਿਨ ਉਸ ਤੋਂ ਬਾਅਦ ਵੀ ਜਿਹੜੀ ਸਿਆਸਤ ਹੈ ਉਹ ਅਜੇ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਪੂਰੀ ਗੱਲਬਾਤ ਲਈ ਮੇਰੇ ਨਾਲ ਰਾਕੇਸ਼ ਗੁਪਤਾ ਜੀ ਲਹਿਰਾ ਗਾਗਾ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਗੁਪਤਾ ਜੀ, ਇਸ ਖਬਰ ਨੂੰ ਲੈ ਕੇ ਅਸਲ ਵਿੱਚ ਵਿਵਾਦ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ, ਜਦਕਿ ਇਸ ਸਮਾਗਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਆਏ ਸਨ, ਹਾਲਾਂਕਿ ਇਹ ਪਾਕਿਸਤਾਨ ਵੱਲੋਂ ਉਸ ਨੂੰ ਅੱਗੇ ਨਹੀਂ ਸੀ ਕਰਨਾ ਚਾਹੀਦਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਹੋਤਾ ਜੀ, ਤੁਸੀਂ ਸਾਰੀ ਖਬਰ ਕੀਤੀ ਹੈ, ਤੁਸੀਂ ਬਹੁਤ ਖਬਰਾਂ ਕੀਤੀਆਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਜੋ ਭਾਰਤ ਦੀ ਸਰਕਾਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਉਹ ਤੋਂ 28 ਤਰੀਕ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ, ਪਰ ਕਿਤੇ ਨਾ ਕਿਤੇ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਆਈ ਸੀ ਤਾਂ ਸਾਰੇ ਸਿੱਖ ਵਾਸੀਆਂ ਨੇ, ਸਾਰੇ ਦੇਸ਼ ਵਾਸੀਆਂ ਨੇ ਇਹਦਾ ਬਹੁਤ ਭਰਵਾਂ ਸਵਾਲ ਕੀਤਾ ਸੀ ਵੀ ਇੱਕ ਦੋ ਦੇਸ਼ਾਂ ਨੂੰ ਜੋੜਨ ਦੀ ਗੱਲ ਹੋਣ ਜਾ ਰਹੀ ਹੈ ਜਾਂ ਇੱਕ ਕਰਤਾਰਪੁਰ ਲਾਂਘਾ ਜੋ ਖੁੱਲੇ ਦਰਦਾਰ ਦਰਸ਼ਨ ਹੋਣਗੇ, ਉਹਦੇ ਨਾਲ ਕਿਤੇ ਰਾਜਨੀਤੀ ਬਹੁਤ ਗਰਮਾ ਗਈ ਹੈ। ਜਿਵੇਂ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਉੱਥੇ ਦੇ ਜੋ ਗੋਪਾਲ ਚਾਵਲ ਉਹਨਾਂ ਦਾ ਫੋਟੋ ਆਉਣਾ ਤੇ ਉਦੋਂ ਬਾਅਦ ਚ ਜਦੋਂ ਸਿੱਧੂ ਸਾਹਿਬ ਵਾਪਸ ਆਉਂਦੇ ਨੇ ਸਿੱਧੂ ਸਾਹਿਬ ਨੂੰ ਪੁੱਛਿਆ ਗਿਆ ਵੀ ਤੁਹਾਡੀਆਂ ਉੱਥੇ ਦੇ ਗੋਪਾਲ ਸਿੰਘ ਚਾਵਲਾ ਫੋਟੋ ਆਈਆਂ, ਤਾਂ ਉਹਨਾਂ ਨੇ ਕਿਹਾ ਮੈਨੂੰ ਨੀ ਪਤਾ ਗੋਪਾਲ ਜਾਂ ਮੈਨੂੰ ਨੀ ਪਤਾ ਚੀਮਾ। ਜੀ, ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਪਤਾ ਸੀ ਉਹਦੇ ਬਾਵਜੂਦ ਵੀ ਜਾਣ ਬੁੱਝ ਕੇ ਇਹੋ ਜਿਹੇ ਬਿਆਨ ਦੇਣੇ, ਕਿਉਂਕਿ ਸਿੱਧੂ ਸਾਹਿਬ ਲਗਾਤਾਰ ਮੀਡੀਆ ਸੁਰੱਖਿਆ ਬਣੇ ਰਹਿੰਦੇ ਨੇ, ਸੁਰੱਖਿਆ 'ਚ ਬਣੇ ਰਹਿੰਦੇ ਨੇ, ਕਿਉਂਕਿ ਜਦੋਂ ਆਪਾਂ ਦੇਖਿਆ ਸਿੱਧੂ ਸਾਹਿਬ ਵਾਪਸ ਆਏ ਸੀ ਜਦੋਂ ਇੱਕ ਅੰਮ੍ਰਿਤਸਰ ਰੇਲ ਹਾਦਸਾ ਹੋਇਆ ਸੀ ਉਹਦੇ ਵਿੱਚ ਇੱਕ ਮਿੱਠੂ ਨਾਂ ਦੇ ਅੰਮ੍ਰਿਤਸਰ ਤੋਂ ਜੋ ਵਿਅਕਤੀ ਦਾ ਨਾਮ ਆਇਆ ਸੀ ਉਹਦੇ ਸਵਾਦ ਦੇ ਉੱਥੇ ਪਹੁੰਚਿਆ ਹੋਇਆ ਸੀ, ਇਹ ਵੀ ਇੱਕ ਮੀਡੀਆ ਦਾ ਚਰਚਾ ਬਣਿਆ ਹੋਇਆ ਸੀ। ਲੇਕਿਨ ਗੁਪਤਾ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਤਾਂ ਕਹਿਤਾ ਕਿ ਮੈਂ ਨਹੀਂ ਜਾਣਦਾ ਚੀਮਾ ਕੌਣ ਹੈ ਤੇ ਚਾਵਲਾ ਕੌਣ ਹੈ, ਲੇਕਿਨ ਉਹਨਾਂ ਨੇ ਇੱਕ ਬਿਆਨ ਹੋਰ ਵੀ ਦਿੱਤਾ ਜੋ ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ ਪਾਕਿਸਤਾਨ ਦੇ ਵਿੱਚ ਲੱਖਾਂ ਲੋਕਾਂ ਨੇ ਮੇਰੇ ਨਾਲ ਫੋਟੋ ਕਰਵਾਈਆਂ, ਉਹਨਾਂ ਫੋਟੋਆਂ ਦੇ ਵਿੱਚ ਮੈਨੂੰ ਕੀ ਪਤਾ ਚੀਮਾ ਕੌਣ ਹੈ ਤੇ ਚਾਵਲਾ ਕੌਣ ਹੈ। ਬਿਲਕੁਲ ਸੋਤਾ ਜੀ, ਆਪਾਂ ਜਦੋਂ ਜਾਂਦੇ ਹਾਂ ਪ੍ਰੋਗਰਾਮ ਦੇ ਵਿੱਚ ਕੋਈ ਮੰਤਰੀ ਆਉਂਦਾ ਮਿਨਿਸਟਰ ਆਉਂਦਾ ਤਾਂ ਆਪਾਂ ਦੇਖਦੇ ਹਾਂ ਕਿ ਫੋਟੋ ਖਿਚਾਉਣ ਦੀ ਹੋੜ ਲੱਗੀ ਰਹਿੰਦੀ ਹੈ, ਪਰ ਕਿਤੇ ਨਾ ਕਿਤੇ ਮੰਤਰੀ ਨੂੰ ਕਈ ਵਾਰ ਨਹੀਂ ਪਤਾ ਹੁੰਦਾ, ਪਰ ਇਹ ਤਾਂ ਜਦੋਂ ਕਿ ਗੋਪਾਲ ਸਿੰਘ ਦੇ ਸਟੇਟਮੈਂਟਾਂ ਸਾਹਮਣੇ ਆ ਰਹੀਆਂ ਸੀ, ਗੋਪਾਲ ਸਿੰਘ ਬਾਰੇ ਪਤਾ ਸੀ ਵੀ ਉਹ ਹਿੰਦੁਸਤਾਨ ਨੂੰ ਗਵਾਲਾ ਦਿੰਦਾ, ਪਾਕਿਸਤਾਨ ਵਾਲੇ ਹੱਕ ਤੇ ਬੋਲਦਾ, ਪਰ ਇਹੋ ਜਿਹੇ ਵਿਅਕਤੀਆਂ ਨਾਲ ਉਹਨੇ ਮੀਟਿੰਗ ਵੀ ਕੀਤੀ ਹੈ ਜੋ ਇਹ ਗੱਲਾਂ ਜੇ ਨਿਕਲ ਕੇ ਸਾਹਮਣੇ ਆਉਣਗੀਆਂ। ਔਰ ਮੇਰੀ ਕੱਲ ਇੱਕ ਮਤਲਬ ਇੱਕ ਸੀਨੀਅਰ ਪੱਤਰਕਾਰ ਸੀ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਜੀ ਇਹਨਾਂ ਨੇ ਤਾਂ ਗੋਪਾਲ ਨੂੰ ਹਊਆ ਬਣਾ ਲਿਆ, ਇਹੋ ਜਿਹੀ ਕੋਈ ਗੱਲਬਾਤ ਹੀ ਨਹੀਂ ਹੈਗੀ। ਬਿਲਕੁਲ ਸੋਤਾ ਜੀ, ਇਹ ਤਾਂ ਹੁਣ ਜਦੋਂ ਆਪਾਂ ਨੂੰ ਪਤਾ ਹੌਲੀ ਹੌਲੀ ਲੱਗੂਗਾ ਵੀ ਗੋਪਾਲ ਜੋ ਗੋਪਾਲ ਸਿੰਘ ਜੋ ਚਾਰਾ ਉੱਥੇ ਪਾਕਿਸਤਾਨ ਜੋ ਗਤੀਵਿਧੀਆਂ ਕਰਦਾ ਵੀ ਭਾਰਤ ਦੇ ਵਿੱਚ ਹਜੇ ਤੱਕ ਉਹਨੇ ਕੋਈ ਹੈ ਜੀ ਵੀ ਹੋਊਆ ਬਣਾਉਣ ਵਾਲੀ ਗੱਲ ਵੀ ਸੀ ਉਹਦੇ ਨਾਲ ਨਾਲ ਜੋ ਤੁਸੀਂ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ, ਇਹ ਮੀਡੀਆ ਦੇ ਵਿੱਚ ਕਿਉਂ ਬਣੇ ਰਹਿੰਦੇ ਨੇ? ਉਦੋਂ ਬਾਅਦ ਚ ਕੱਲ ਇੱਕ ਨਵਜੋਤ ਸਿੱਧੂ ਨੇ ਇੱਕ ਬਿਆਨ ਹੋਰ ਦੇ ਦਿੱਤਾ ਸੀ ਵੀ ਕੌਣ ਕੈਪਟਨ ਕੈਪਟਨ ਕੈਸੇ ਕੈਪਟਨ, ਮੇਰੇ ਕੈਪਟਨ ਤੋਂ ਰਾਹੁਲ ਗਾਂਧੀ ਹੈ, ਉਹ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਆਰਮੀ ਕੇ ਕੈਪਟਨ ਹੈ ਜੀ, ਉਹ ਵੀ ਇਹ ਸਿੱਧੂ ਸਾਹਿਬ ਮੀਡੀਆ ਵਿੱਚ ਮਰ ਰਹਿੰਦੇ ਨੇ। ਜਦੋਂ ਭਾਈ ਸਿੰਘ ਗੋਬਿੰਦ ਸਿੰਘ ਲੌਂਗੋਵਾਲ ਜੋ ਪ੍ਰਧਾਨ ਹੈ ਜੀਪੀਸੀ ਦੇ ਜੀ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੀ ਫੋਟੋ ਵੀ, ਉਹਨਾਂ ਦਾ ਤੁਸੀਂ ਸਟੇਟਮੈਂਟ ਤੁਸੀਂ ਵੀ ਦੇਖੀ ਆ, ਮੈਂ ਵੀ ਦੇਖੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਸੀਟ ਤੇ ਮੈਨੂੰ ਬਿਠਾਇਆ ਗਿਆ ਸੀ ਜੀ ਮੈਂ ਉਸ ਸੀਟ ਤੇ ਜਾ ਕੇ ਬੈਠ ਗਿਆ, ਮੈਨੂੰ ਨੀ ਪਤਾ ਸੀ ਮੇਰੇ ਨਾਲ ਕੌਣ ਵਿਅਕਤੀ ਬਿਠਾਏ ਹੋਏ ਨੇ ਕੌਣ ਵਿਅਕਤੀ, ਪਰ ਮੈਂ ਤਾਂ ਉਸ ਸੀਟ ਤੇ ਜਾ ਕੇ ਬੈਠਿਆ ਸੀ, ਨਾ ਮੈਨੇ ਕਿਸੇ ਨਾਲ ਮਿਲਿਆ ਨਾ ਮੈਂ ਕਿਸੇ ਨਾਲ ਫੋਟੋ ਖਿਚਵਾਈ ਹੈ। ਉਹਨੂੰ ਲੈ ਕੇ ਜੋ ਕੱਲ ਦੇ ਪਾਕਿਸਤਾਨ ਦੇ ਉੱਥੇ ਦੇ ਜੋ ਕ੍ਰਿਸ਼ੀ ਮੰਤਰੀ ਨੇ ਜੀ, ਉਹਨਾਂ ਦਾ ਇੱਕ ਬਿਆਨ ਆਇਆ ਕੱਲ ਵੀ ਅਸੀਂ ਤਾਂ ਇੱਕ ਭਾਰਤ ਦੇ ਇੱਕ ਭਾਰਤ ਨੂੰ ਇੱਕ ਗੂਗਲੀ ਸੁੱਟੀ ਸੀ, ਗੂਗਲੀ ਵੀ ਗੂਗਲੀ ਦੇ ਵਿੱਚ ਜੋ ਭਾਰਤ ਜੋ ਫਸ ਗਿਆ, ਔਰ ਇਸ ਲਈ ਅਲੱਗ ਅਲੱਗ ਨੇਤਾਵਾਂ ਵੱਲੋਂ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ ਅਜਿਹੇ ਬਿਆਨ ਦੀ। ਬਿਲਕੁਲ ਜੀ,
ਸਾਰੀਆਂ ਪਾਰਟੀਆਂ ਜੋ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਬਿਆਨ ਦੇ ਰਹੇ ਨੇ ਵੀ ਪਾਕਿਸਤਾਨ ਜੋ ਆਪਦੀ ਚਾਲ ਹੈ ਇਹ ਵੀ ਚਾਲ ਜੋ ਇਹ ਕੁੱਝ ਸੋਤਾ ਜੀ ਇੱਥੇ ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲੀ ਹੈ ਜੋ ਗ੍ਰੇਸ਼ੀ ਦਾ ਬਿਆਨ ਆਇਆ ਹੈ ਉਹ ਇਮਰਾਨ ਖਾਨ ਦੇ ਇੱਕ ਕੱਲ ਇੱਕ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਆਇਆ ਜਦੋਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਸਟੇਜ ਤੋਂ ਇਹ ਗੱਲ ਬੋਲੀ ਸੀ ਪਰ ਬਹੁਤ ਪਾਰਟੀਆਂ ਨੇ ਇਹਦਾ ਵਿਰੋਧ ਵੀ ਕੀਤਾ ਨਿਖੇਧੀ ਵੀ ਕੀਤੀ ਹੈ ਪਰ ਕਿਤੇ ਨਾ ਕਿਤੇ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਜੋ ਰਚਦੇ ਆ ਰਹੇ ਨੇ ਲੇਕਿਨ ਗੁਪਤਾ ਜੀ ਜੇ ਆਪਾਂ ਪੂਰੇ ਪਾਕਿਸਤਾਨ ਦੇ ਇਤਿਹਾਸ ਤੇ ਨਜ਼ਰ ਮਾਰੀਏ ਔਰ ਜਦੋਂ ਜਦੋਂ ਵੀ ਭਾਰਤ ਨੇ ਇਸ ਤੇ ਵਿਸ਼ਵਾਸ ਕੀਤਾ ਹੈ ਔਰ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਹੈ ਬਿਲਕੁਲ ਸੋਤਾ ਜੀ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਹੈ ਜਦੋਂ ਵੀ ਭਾਰਤ ਨੇ ਜਾਂ ਕੋਈ ਭਾਰਤੀ ਸਰਕਾਰ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਹਨਾਂ ਨਾਲ ਕੋਈ ਅੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਨਾਂ ਨੇ ਭਾਰਤ ਵਾਸੀਆਂ ਦੇ ਪਿੱਠ ਦੇ ਵਿੱਚ ਛੂਰਾ ਹੀ ਮਾਰਿਆ ਇਹਨਾਂ ਨੇ ਪਾਕਿਸਤਾਨ ਜੋ ਆਪਦੀਆਂ ਚਾਲਾਂ ਤੋਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਜਿੰਨਾ ਚਿਰ ਪਾਕਿਸਤਾਨ ਅੱਤ ਵਿੱਤੀ ਗਦੀਆਂ ਆਪਦਾ ਉੱਥੋਂ ਖੂਨ ਖਰਾਬਾ ਬੰਦ ਨਹੀਂ ਕਰਦਾ ਮੈਂ ਉਹਨਾਂ ਚਿਰ ਨਹੀਂ ਜਾਵਾਂਗਾ ਔਰ ਉਹਨਾਂ ਨੇ ਸਿੱਧੂ ਸਾਹਿਬ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਵੀ ਨਾ ਜਾਓ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਸ਼ਾਮ ਨੂੰ ਫੋਨ ਤੇ ਦੱਸਾਂਗਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੁੜ ਕੇ ਮੈਨੂੰ ਫੋਨ ਹੀ ਨਹੀਂ ਆਇਆ ਵੀ ਨਵਜੋਤ ਸਿੱਧੂ ਜਾ ਰਹੇ ਨੇ ਨਹੀਂ ਜਾ ਰਹੇ ਨੇ ਔਰ ਭਾਰਤ ਦੇ ਦੋ ਮੰਤਰੀ ਭਾਰਤ ਸਰਕਾਰ ਵੱਲੋਂ ਭੇਜੇ ਗਏ ਸੀ ਜੋ ਪਾਕਿਸਤਾਨ ਦੇ ਮੰਤਰੀ ਕਹਿੰਦੇ ਨੇ ਵੀ ਅਸੀਂ ਜਾਣ ਬੁੱਝ ਕੇ ਬੁਲਾਇਆ ਸੀ ਗੁਪਤਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਪੂਰੀ ਇਸ ਖਬਰ ਤੇ ਗੱਲਬਾਤ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਰਾਕੇਸ਼ ਗੁਪਤਾ ਜੀ ਬਿਲਕੁਲ ਕਹਿ ਰਹੇ ਨੇ ਕਿ ਕੁਰੈਸ਼ੀ ਸਾਹਿਬ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਇਮਰਾਨ ਖਾਨ ਜੋ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਉਹ ਉਸ ਵੇਲਾ ਉਹਨਾਂ ਦੇ ਕੋਲ ਨਹੀਂ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿੱਥੇ ਦੋਨੇ ਹੀ ਮੁਲਕ ਕੋਸ਼ਿਸ਼ਾਂ ਕਰ ਰਹੇ ਹੈ ਔਰ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਇਹੋ ਜਿਹਾ ਕਦੇ ਵੀ ਕੁਛ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਉਹ ਕੋਸ਼ਿਸ਼ ਅਸਫਲ ਰਹੇ ਲੇਕਿਨ ਇੱਕ ਪਾਸੇ ਇਹ ਵੀ ਕਹਿ ਸਕਦੇ ਹਾਂ ਕਿ ਪਾਕਿਸਤਾਨ 'ਤੇ ਜਦੋਂ ਜਦੋਂ ਵੀ ਭਾਰਤ ਨੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਾਕਿਸਤਾਨ ਆਪਣੇ ਉਸ ਵਿਸ਼ਵਾਸ 'ਤੇ ਕਾਇਮ ਪੂਰੀ ਤਰ੍ਹਾਂ ਨਹੀਂ ਉਤਰਿਆ ਇਹ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ